ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਮੇਰੇ ਬਹੁਤ ਹੀ ਪਿਆਰੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹਰ ਵਰਗ ਦੇ ਵੀਰੋ ਅਸੀਂ ਅੱਜ ਕੱਲ ਨੂੰ ਜੋ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਸਬੰਧ ਦੇ ਵਿੱਚ ਅੱਜ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਸਬੰਧ ਦੇ ਵਿੱਚ ਆਪਜੀ ਤੱਕ ਇਹ ਜਾਣਕਾਰੀ ਪਹੁੰਚਾਉਣੀ ਜ਼ਰੂਰੀ ਸਮਝ ਦੇ ਸੀਗੇ ਕਿ ਸਾਰਾ ਸਾਰੇ ਸਾਡੇ ਜਿਹੜੇ ਸਮਰਥਕ ਵੀਰ ਨੇ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਇਸ ਅੰਦੋਲਨ ਦੇ ਵਿੱਚ ਕੀ ਹੋ ਰਿਹਾ ਹੈ ਅੱਗੇ ਕਿੱਧਰ ਨੂੰ ਜਾ ਰਿਹਾ ਹੈ ਕੀ ਕੀ ਕਰ ਰਹੀਆਂ ਜਥੇਬੰਦੀਆਂ ਸੋ ਇਸ ਕੱਲ ਨੂੰ ਲੈ ਕੇ ਕਿ ਪਿਆਰਿਓ ਇੱਕ ਤਾਂ ਇਹ ਹੈ ਕਿ ਜੋ ਸਾਡੀ ਕੱਲ ਨੂੰ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਉੱਤੇ ਵਿਚਾਰ ਚਰਚਾ ਹੋਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਔਰ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਰੱਖਣੀ ਹੈ ਕਿਹੜੇ ਸਾਡੇ ਬਲਾਰੇ ਉੱਥੇ ਜਾ ਕੇ ਗੱਲਬਾਤ ਰੱਖਣਗੇ ਕਿੰਨੇ ਆਦਮੀ ਜਾਣਗੇ ਉਹ ਸਾਰਾ ਤੈਅ ਹੋਇਆ ਹੈ ਉਹ ਸਾਡਾ ਬਲਾਰਿਆਂ ਦਾ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੈ ਕਿ 40 ਦੇ 40 ਸਾਡੇ ਮੱਧਲ ਜਿਹੜੇ ਸਾਡੇ ਸੰਗਠਨ ਹੈ ਸਾਡੇ ਜਿਹੜੇ ਮੈਂਬਰ ਨੇ ਉਸ ਕਮੇਟੀ ਦੇ ਵਿੱਚੋਂ ਸਾਰੇ ਜਾਣਗੇ ਤੇ ਉਹੀ ਪੁਰਾਣੇ ਬਲਾਰੇ ਜਿਹੜੇ ਚਾਰ ਨੇ ਉਹ ਗੱਲਬਾਤ ਰੱਖਣਗੇ ਉੱਥੇ ਸਰਕਾਰ ਦੇ ਕੋਲ ਔਰ ਮੇਨਲੀ ਗੱਲ ਇਹ ਹੈ ਕਿ ਜਿਹੜੀ ਪਹਿਲੇ ਦੂਸਰੇ ਜਿਹੜੇ ਲਾਸਟ ਵਾਲੇ ਕਾਨੂੰਨ ਨੇ ਜਿਹੜੇ ਆਰਡੀਨੈਂਸਾਂ ਦੇ ਰੂਪ ਦੇ ਵਿੱਚ ਸਰਕਾਰ ਸਾਡੇ ਤੇ ਲਿਆ ਰਹੀ ਸੀ ਜਾਂ ਪ੍ਰਾਲੀ ਦੇ ਸਬੰਧ ਜਿਹੜਾ ਕਾਨੂੰਨ ਬਣਾਇਆ ਸੀ ਉਹ ਗੱਲਾਂ ਸਰਕਾਰ ਨੇ ਸਾਡੀਆਂ ਸਹਿਮਤੀ ਦਿੱਤੀ ਉਹ ਮੰਨ ਲਈਆਂ ਸੀ ਹੁਣ ਸਾਡੀ ਜਿਹੜੀ ਅਗਲੀ ਅੱਜ ਕੱਲ ਦੀ ਗੱਲਬਾਤ ਹੋਣੀ ਹੈ ਉਹ ਤਿੰਨ ਖੇਤੀ ਕਾਨੂੰਨਾਂ ਦੇ ਉੱਤੇ ਤੇ ਜਿਹੜੀ ਐਮਐਸਪੀ ਦੇ ਗਰੰਟੀ ਦੇ ਕਾਨੂੰਨ ਬਣੇ ਔਰ ਉਹਨੂੰ ਸਾਡੀ ਫਸਲ ਨੂੰ ਉਹਦੇ ਤੇ ਖਰੀਦਣ ਦੀ ਗਰੰਟੀ ਹੋਵੇ ਇਹਦੇ ਤੇ ਵਿਚਾਰ ਚਰਚਾ ਹੋਣੀ ਹੈ ਸੋ ਇਹ ਸਾਡਾ ਇੱਕ ਮਤਲਬ ਰਣਨੀਤੀ ਤੈਅ ਹੋਈ ਹੈ ਦੂਸਰੀ ਜਿਹੜੀ ਗੱਲ ਹੈ ਕਿ ਇੱਕ ਅੱਜ ਫੈਸਲਾ ਲਿਆ ਗਿਆ ਕਿ ਜਿਸ ਤਰ੍ਹਾਂ ਸਾਡੇ ਅੰਦੋਲਨ ਨੂੰ ਪੀਸਫੁਲੀ ਅੰਦੋਲਨ ਚੱਲ ਰਿਹਾ ਹੈ ਔਰ ਬੜੀ ਵੱਡੀ ਪੱਧਰ ਦੇ ਉੱਤੇ ਇਹਦੇ ਵਿੱਚ ਸ਼ਮੂਲੀਅਤ ਸਾਡੇ ਪਿੱਛੇ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਗਿਣਤੀ ਦਿਨ-ਬਦਨ ਇੱਥੇ ਵਧਦੀ ਜਾ ਰਹੀ ਹੈ ਉਹ ਸਾਰੀ ਗੱਲ ਨੂੰ ਧਿਆਨ ਚ ਰੱਖਦੇ ਆਂ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਦੀਆਂ ਸਰਕਾਰ ਚਾਲਾਂ ਚੱਲ ਰਹੀ ਹੈ ਉਹਨਾਂ ਚਾਲਾਂ ਨੂੰ ਅਸੀਂ ਕਿਵੇਂ ਪਛਾੜਨਾ ਉਹਦੇ ਤੇ ਸਾਡੀ ਵਿਚਾਰ ਚਰਚਾ ਹੋਈ ਹੈ ਉਹਦੇ ਤੇ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਇੱਕ ਫੈਸਲਾ ਲਿਆ ਗਿਆ ਕਿ ਘੱਟੋ ਘੱਟ ਅਸੀਂ 3 ਤੋਂ ਲੈ ਕੇ 4000 ਤੱਕ ਵਲੰਟੀਅਰ ਤਿਆਰ ਕਰਾਂਗੇ ਜਿਹੜੇ ਪੂਰੀ ਦੀ ਪੂਰੀ ਮਤਲਬ ਟੀਮਾਂ ਦਾ ਬਣਾ ਕੇ ਇਹ ਸਾਰੇ ਦੇ ਸਾਰੇ ਪ੍ਰੋਗਰਾਮ ਦੇ ਉੱਤੇ ਕਾਂ ਅੱਖ ਰੱਖਣਗੇ ਤਾਂ ਕਿ ਕਿਸੇ ਵੀ ਥਾਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਘਟਨਾ ਨੂੰ ਮਾੜੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਸਫਲ ਨਾ ਹੋ ਸਕੇ ਕਿਉਂਕਿ ਸਾਡੀ ਜਿਹੜੀ ਸ਼ਾਂਤੀ ਬਣਾ ਕੇ ਰੱਖੀ ਹੋਈ ਆ ਜਿਹੜਾ ਸ਼ਾਂਤਮਈ ਅੰਦੋਲਨ ਹੈ ਅਸੀਂ ਸਮਝਦੇ ਹਾਂ ਸਾਡਾ ਨੌਜਵਾਨ ਸਾਡਾ ਯੂਥ ਸਮਝਦਾ ਹੈ ਕਿ ਇਸੇ ਸ਼ਾਂਤਮਈ ਅੰਦੋਲਨ ਦੀ ਹੀ ਜਿੱਤ ਹੈ ਇਸੇ ਅੰਦੋਲਨ ਦੇ ਇਸ ਸ਼ਾਂਤੀਕਰਨ ਹੀ ਅੱਜ ਵਰਲਡ ਦੇ ਵਿੱਚੋਂ ਇਸ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ ਔਰ ਪ੍ਰਸ਼ੰਸਾ ਹੋ ਰਹੀ ਹੈ ਔਰ ਸਾਡੀ ਭਾਰਤ ਸਰਕਾਰ ਦੇ ਉੱਤੇ ਥੂ-ਥੂ ਹੋ ਰਿਹਾ ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਸ਼ਾਂਤਮਈ ਸ਼ਾਂਤਮਈ ਢੰਗ ਦੇ ਨਾਲ ਬੈਠੇ ਹਾਂ ਅੱਜ ਦੀ ਮੀਟਿੰਗ ਦੇ ਵਿੱਚ ਇਹ ਵੀ ਗੱਲਾਂ ਨਿਕਲ ਕੇ ਆਈਆਂ ਨੇ ਕਿ ਇੱਕ ਭਾਵੇਂ ਹਜੇ ਅਸੀਂ ਕਿਸਾਨੀ ਅੰਦੋਲਨ ਦੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਸੀ ਉਹ ਪੂਰੀ ਤਰ੍ਹਾਂ ਭਾਵੇਂ ਅਸੀਂ ਲਾਈਨ ਦੇ ਵਿੱਚ ਸਫਲ ਨਹੀਂ ਹੋਏ ਪਰ ਇੱਕ ਗੱਲ ਦੇ ਵਿੱਚ ਦੋ ਗੱਲਾਂ ਦੇ ਵਿੱਚ ਅਸੀਂ ਵੱਡੀ ਪੱਧਰ ਦੇ ਉੱਤੇ ਸਫਲਤਾ ਹਾਸਲ ਕਰ ਚੁੱਕੇ ਹਾਂ ਉਹ ਇਹ ਕਿ ਦੇਖੋ ਵਰਲਡ ਦੇ ਵਿੱਚ ਇਹ ਗੱਲ ਜਾ ਚੁੱਕੀ ਹੈ ਜਿਵੇਂ ਕਿ ਕਿਸਾਨ ਸਾਡੇ ਪੰਜਾਬੀਆਂ ਦੇ ਜਾਂ ਸਾਡੇ ਸਿੱਖਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਲਹਿਰ ਉਸਾਰ ਦਿੱਤੀ ਗਈ ਸੀ ਇਹਨਾਂ ਨੂੰ ਇੱਕ ਤਰ੍ਹਾਂ ਦੇ ਕ੍ਰਿਮੀਨਲ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਲਗਾਤਾਰ ਫਿਰਕਾ ਪ੍ਰਸਤ ਜਿਹੜੀਆਂ ਸਾਡੀਆਂ ਵਿਚਾਰਧਾਰਾਵਾਂ ਜਿਹੜੀਆਂ ਸੋਚਾਂ ਸੀ ਅੱਜ ਇਹ ਲੋਕਾਂ ਵੱਲੋਂ ਔਰ ਅੱਜ ਦੁਬਾਰਾ ਪੰਜਾਬੀਆਂ ਨੇ ਅੱਜ ਦੁਬਾਰਾ ਸਿੱਖਾਂ ਨੇ ਇਹ ਸਿੱਧ ਕਰ ਦਿੱਤਾ ਕਿ ਇਹ ਵਰਲਡ ਦੇ ਵਿੱਚ ਇੱਕ ਇੱਕ ਨਵੀਂ ਤਰ੍ਹਾਂ ਦੀ ਮਤਲਬ ਮਿਸਾਲ ਕਾਇਮ ਕੀਤੀ ਹੈ ਕਿ ਸਾਰਾ ਹਿੰਦੁਸਤਾਨ ਚਾਹੇ ਉਹ ਕਿਤੇ ਵੀ ਬੈਠਾ ਹੈ ਅੱਜ ਮੁੜ ਦੁਬਾਰਾ ਸਿੱਖਾਂ ਦਾ ਜਿਹੜਾ ਉਹ ਰਤਬਾ ਪੁਰਾਣਾ ਰਤਬਾ ਉਹ ਬਹਾਲ ਹੋਇਆ ਹਰ ਥਾਂ ਤੋਂ ਉਹਨੂੰ ਮਤਲਬ ਇਹ ਸਤਿਕਾਰ ਮਿਲ ਰਿਹਾ ਲੋਕ ਜਿੱਥੇ ਵੀ ਕਿਤੇ ਜਾਈਦਾ ਹੈ ਇਹ ਕਹਿ ਕੇ ਕਿ ਤੁਹਾਡਾ ਪੰਜਾਬੀਆਂ ਨੂੰ ਅਸੀਂ ਸਲੂਟ ਕਰਦੇ ਹਾਂ ਇਹ ਕਹਿ ਕੇ ਸਨਮਾਨ ਕਰ ਰਹੇ ਨੇ ਅੱਜ ਇੱਕ ਬਹੁਤ ਵੱਡਾ ਜਿਹੜਾ ਸਾਡਾ ਪੁਰਾਣਾ ਰੁਤਬਾ ਸੀ ਉਹ ਬਹਾਲ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਇੱਕ ਬਹੁਤ ਵੱਡੀ ਸਫਲਤਾ ਹੈ ਨਾਲ ਅਗਲੀ ਗੱਲ ਇੱਕ ਹੋਰ ਹੈ ਕਿ ਅਸੀਂ ਇਤਿਹਾਸ ਨੂੰ ਦੁਹਰਾਇਆ ਹੈ ਉਹ ਉਹਦੇ ਵਿੱਚ ਅਸੀਂ ਸਫਲ ਹੋਏ ਆ ਕਿਉਂਕਿ ਜਿਸ ਤਰ੍ਹਾਂ ਸਾਡਾ ਅੰਦੋਲਨ ਪਹਿਲਾਂ ਚੱਲਿਆ ਕਦੇ ਦੇਸ਼ ਦੀ ਆਜ਼ਾਦੀ ਦਾ ਉਸ ਅੰਦੋਲਨ ਦੇ ਵਿੱਚ 92% ਸਾਡੀਆਂ ਕੁਰਬਾਨੀਆਂ ਰਹੀਆਂ ਔਰ ਉਹ 92% ਕੁਰਬਾਨੀਆਂ ਦੇਣ ਤੋਂ ਬਾਅਦ ਜੇ ਅੱਜ ਦੁਬਾਰਾ ਫਿਰ ਕਿਤੇ ਅੰਦੋਲਨ ਦੀ ਗੱਲ ਆਈ ਹੈ ਤਾਂ ਅੱਜ ਫਿਰ ਅਸੀਂ ਮਤਲਬ 92% ਤੋਂ ਵੀ ਵੱਧ ਦੁਬਾਰਾ ਅਸੀਂ ਉੱਥੇ ਖੜੇ ਆ ਸਾਡੀ ਜਿਹੜੀ ਰੈਸ਼ੋ ਉੱਥੇ ਖੜੀ ਹੈ ਸਾਡਾ ਜਜ਼ਬਾ ਅਸੀਂ ਬਹਾਲ ਰੱਖਿਆ ਹੋਇਆ ਹੈ ਭਾਵੇਂ ਸਾਨੂੰ ਪਿੱਛੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਲਾ ਕੇ ਸਾਡੇ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਲੇਕਿਨ ਅੱਜ ਸਾਡੇ ਯੂਥ ਨੇ ਸਾਡੇ ਨੌਜਵਾਨਾਂ ਨੇ ਸਿੱਧ ਕਰਤਾ ਕਿ ਨਹੀਂ ਅਸਈ ਉਹਦਾ ਜਜ਼ਬਾ ਸਾਡਾ ਉੱਥੇ ਹੀ ਖੜਾ ਹੈ ਔਰ ਅਸੀਂ ਉਸੇ ਹੀ ਰੇਸ਼ਿਓ ਦੇ ਵਿੱਚ ਅੱਜ ਫੇਰ ਇਸ ਦੇਸ਼ ਦੀ ਜਿਹੜੀ ਦੂਸਰੀ ਲੜਾਈ ਹੈ ਉਹਦੇ ਵਿੱਚ ਮੈਦਾਨ ਦੇ ਵਿੱਚ ਉਤਰੇ ਆ ਇੱਕ ਦੋ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਇਹ ਕਹਾਂਗੇ ਅਸੀਂ ਕਿ ਇੱਕ ਜੱਤ ਹੈ ਅਸੀਂ ਇੱਕ ਨਵਾਂ ਮਤਲਬ ਇਤਿਹਾਸ ਸਿਰਜ ਕੇ ਸਿਰਜ ਹੈ ਔਰ ਬਾਕੀ ਸਾਡੀ ਜਿਹੜੀ ਗੱਲ ਹੈ ਕਿ ਮੈਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਅਸੀਂ ਇਸ ਅੰਦੋਲਨ ਨੂੰ ਸਾਡੇ ਵਲੰਟੀਅਰ ਚਲਾ ਰਹੇ ਨੇ ਸਾਡਾ ਯੂਥ ਚਲਾ ਰਿਹਾ ਹੈ ਔਰ ਇਹਨਾਂ ਯੂਥ ਦੇ ਇਸ ਯੂਥ ਦੇ ਵਿੱਚੋਂ ਅਸੀਂ 3 ਤੋਂ ਲੈ ਕੇ 4000 ਤੱਕ ਜੇ ਲੋੜ ਪਈ ਤਾਂ ਹੋਰ ਵੀ ਜੇ ਗਿਣਤੀ ਵਧੀ ਤਾਂ ਵਧਾ ਸਕਦੇ ਹਾਂ ਅਸੀਂ ਐਸੀ ਵਲੰਟੀਅਰ ਭਰਤੀ ਕਰਾਂਗੇ ਜਿਹੜੇ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਵਧੀਆ ਢੰਗ ਦੇ ਨਾਲ ਮਤਲਬ ਚਲਾ ਸਕਣ ਸੋ ਇਹ ਸਾਡੇ ਫੈਸਲੇ ਹੋਏ ਨੇ ਬਾਕੀ ਜਿਹੜੇ ਅਸੀਂ ਸਾਡੇ ਕਿਸਾਨ ਜਿਹੜੇ ਸ਼ਹੀਦ ਹੋਏ ਐ ਉਹ ਸਾਡੇ 65 ਦੇ ਕਰੀਬ ਸਾਡੇ ਉਹਨਾਂ ਕਿਸਾਨਾਂ ਦੀ ਜਿਹੜੀ ਸ਼ਹਾਦਤ ਹੋ ਚੁੱਕੀ ਹੈ ਉਹਦੇ ਤੇ ਅਸੀਂ ਸਾਡੇ ਸਾਰੇ ਹੀ ਸ਼ਹੀਦਾਂ ਨੂੰ ਅੱਜ ਫੇਰ ਮਤਲਬ ਯਾਦ ਕੀਤਾ ਹੈ ਮੀਟਿੰਗ ਦੇ ਵਿੱਚ ਔਰ ਆਪ ਜੀਆਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਆਂ ਵੀ ਅਸੀਂ ਉਹਨਾਂ ਨੂੰ ਸਾਡੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਇਸ ਅੰਦੋਲਨ ਦੇ ਦੌਰਾਨ ਔਰ ਸਾਡੇ ਕਿਸਾਨੀ ਅੰਦੋਲਨ ਦੇ ਮਹਾਨ ਯੋਧੇ ਮਹਾਨ ਸ਼ਹੀਦ ਹੋ ਨਿਭੜੇ ਨੇ ਔਰ ਪਿਆਰੋ ਇੱਕ ਗੱਲ ਇਹ ਜ਼ਰੂਰ ਨਾਲ ਕਰਨੀ ਬਣਦੀ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਤਾਨਾਸ਼ਾਹੀ ਰਵਈਆ ਅਖਤਿਆਰ ਕਰਕੇ ਭਾਵੇਂ ਬੈਠੀ ਹੈ ਅਸੀਂ ਕੁਰਬਾਨੀਆਂ ਦੇ ਰਹੇ ਹਾਂ ਚਾਰ ਸ਼ਹੀਦ ਹੋ ਚੁੱਕੇ ਨੇ ਜਿਹੜੇ ਸਰਕਾਰ ਨੂੰ ਚਿੱਠੀਆਂ ਲਿਖ ਕੇ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਨੇ ਸਿੱਧਾ ਅਟੈਕ ਕੀਤਾ ਸਰਕਾਰ ਦੇ ਉੱਤੇ ਕਿ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਕਾਰਨ ਔਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਾਂ ਤਾਂ ਇਹਨਾਂ ਗੱਲਾਂ ਨੂੰ ਜੇ ਵੇਖੀਏ ਤਾਂ ਫਿਰ ਵੀ ਮਤਲਬ ਸਾਡੀ ਸਰਕਾਰ ਹਜੇ ਚੁੱਪ ਬੈਠੀ ਹੈ ਤਾਂ ਇਹ ਗੱਲ ਸਿੱਧ ਕਰਦੀ ਹੈ ਕਿ ਸਰਕਾਰ ਦੇ ਅੰਦਰ ਕੋਈ ਹਿਰਦਾ ਨਹੀਂ ਇਨਾਂ ਦੇ ਅੰਦਰ ਜਿਹੜੇ ਸਰਕਾਰ ਚਲਾ ਰਹੇ ਲੋਕਾਂ ਦੇ ਅੰਦਰ ਕੋਈ ਦਿਲ ਨਹੀਂ ਇਹ ਉਸ ਗੱਲ ਤੋਂ ਡਿਕਟੇਟਰਸ਼ਿਪ ਵੱਲ ਨੂੰ ਆਪਦੀ ਗੱਲ ਨੂੰ ਲਿਜਾ ਰਹੇ ਨੇ ਇੰਨੀਆਂ ਸ਼ਹਾਦਤਾਂ ਹੋ ਰਹੀਆਂ ਹੋਣ ਔਰ ਸਾਡੀ ਸਰਕਾਰ ਸਾਡੇ ਪ੍ਰਧਾਨਯੋਗ ਪ੍ਰਧਾਨ ਮੰਤਰੀ ਜੀ ਕੇਵਲ ਫਿਰ ਵੀ ਮਨਕੀ ਬਾਤ ਕਰਨ ਲੋਕਾਂ ਨੂੰ ਸੁਣਾਉਣ ਲੋਕਾਂ ਦੇ ਦਰਦ ਦੀ ਗੱਲ ਨਾ ਸੁਣਨੀ ਵਾajib ਸਮਝਣ ਇਹਨੂੰ ਅਸੀਂ ਇੱਕ ਤਾਨਾਸ਼ਾਹ ਦਾਹੀ ਅਸੀਂ ਕਹਾਂਗੇ ਰੁਤਬਾ ਦੇਵਾਂਗੇ ਕਿ ਉਹ ਤਾਨਾਸ਼ਾਹ ਵਾਲਾ ਹੀ ਅਖਤਿਆਰ ਰੂਪਕachar ਕੀਤਾ ਹੋਇਆ ਹੈ ਔਰ ਮੈਂ ਬੇਨਤੀ ਕਰਾਂ ਕਿ ਅੱਜ ਸਾਡੇ ਛੋਟੇ-ਛੋਟੇ ਬੱਚਿਆਂ ਦੇ ਅੰਦਰ ਮੈਂ ਸਲਾਹ ਵੀ ਦੇਵਾਂਗਾ ਸਾਡੀ ਸਰਕਾਰ ਨੂੰ ਕਿ ਅੱਜ ਛੋਟੇ-ਛੋਟੇ ਬੱਚਿਆਂ ਦੇ ਮਨਾਂ ਦੇ ਅੰਦਰ ਇੱਕ ਤਰ੍ਹਾਂ ਦੇ ਪੂਰੇ ਭਾਰਤ ਦੇ ਲੋਕਾਂ ਦੇ ਅੰਦਰ ਬੱਚਿਆਂ ਦੇ ਅੰਦਰ ਨਫ਼ਰਤ ਬਣਦੀ ਜਾ ਰਹੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਪ੍ਰਤੀ ਤਾਂ ਦੇਖੋ ਅਗਰ ਜਿੰਨਾ ਬੱਚਿਆਂ ਦੇ ਅੰਦਰ ਆਪਦੇ ਰਾਜੇ ਪ੍ਰਤੀ ਆਉਣਾ ਪਿਆਰ ਚਾਹੀਦਾ ਸੀ ਆ ਨਫ਼ਰਤ ਰਹੀ ਹੈ ਇਹ ਸਾਡੇ ਲਈ ਬਿਲਕੁਲ ਚੰਗਾ ਸੰਕੇਤ ਨਹੀਂ ਆਉਣ ਵਾਲੀ ਜਿਹੜੀਆਂ ਪੀੜ੍hiyan ਹੋਣਗੀਆਂ ਉਹਨਾਂ ਦੇ ਦਿਲਾਂ ਦੇ ਵਿੱਚ ਸਾਡੀ ਜਿਹੜੀ ਅੱਜ ਦੀ ਸਾਰੀ ਐਪੀਸੋਡ ਦੇ ਸਾਡੇ ਪ੍ਰਧਾਨ ਮੰਤਰੀ ਜੀ ਕਿਤੇ ਵਿਲਿਆਨ ਦੇ ਰੂਪ ਦੇ ਵਿੱਚ ਸਾਬਤ ਨਾ ਹੋ ਜਾਣ ਸਾਡੇ ਪ੍ਰਧਾਨ ਮੰਤਰੀਆਂ ਜੀ ਮੰਤਰੀ ਜੀਆਂ ਨੂੰ ਇਹ ਵਿਲਿਆਨ ਦੀ ਥਾਂ ਦੇ ਉੱਤੇ ਇੱਕ ਹੀਰੋ ਦੇ ਰੂਪ ਦੇ ਵਿੱਚ ਪੇਸ਼ ਹੋਣਾ ਚਾਹੀਦਾ ਹੈ ਕੱਲ ਨੂੰ ਚਾਹੀਦਾ ਸਰਕਾਰ ਨੂੰ ਕਿ ਵੱਡਾ ਦਿਲ ਵਿਖਾਵੇ ਔਰ ਇਹ ਕਹਿਣਾ ਚਾਹੀਦਾ ਸਰਕਾਰ ਨੂੰ ਕਿ ਅਸੀਂ ਭਾਵੇਂ ਕਿਸਾਨਾਂ ਦੇ ਭਲੇ ਲਈ ਬਣਾਏ ਸੀ ਕਾਨੂੰਨ ਅਗਰ ਸਾਡੇ ਕਿਸਾਨਾਂ ਨੂੰ ਪਸੰਦ ਨਹੀਂ ਤਾਂ ਅਸੀਂ ਇੱਕ ਸੌਂਕ ਨਾਏ ਕਾਨੂੰਨ ਵਾਪਸ ਲੈਨੇ ਆ ਮੇਰਾ ਖਿਆਲ ਹੈ ਇਸ ਗੱਲ ਦੇ ਨਾਲ ਹਜੇ ਕੁਛ ਨਾ ਕੁਛ ਲੋਕਾਂ ਦੀ ਹਮਦਰਦੀ ਫਿਰ ਵੀ ਮਤਲਬ ਪ੍ਰਧਾਨ ਮੰਤਰੀ ਜੀ ਲੈ ਸਕਦੇ ਨੇ ਔਰ ਇਹ ਵੱਡਾ ਦਿਲ ਪ੍ਰਧਾਨ ਮੰਤਰੀ ਜੀ ਨੂੰ ਵਿਖਾਉਣਾ ਚਾਹੀਦਾ ਹੈ ਅ ਇੰਨੀ ਕਿ ਮਤਲਬ ਅੱਜ ਦੀ ਸਾਡੀ ਜਿਹੜੀ ਆ ਮੀਟਿੰਗ ਦੀ ਅਪਡੇਟ ਸੀ ਮੈਂ ਆਪ ਜੀਆਂ ਤੱਕ ਰੱਖਣ ਦਾ ਯਤਨ ਕੀਤਾ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ